ਫ੍ਰੀ ਰੈਡੀ ਜਾਂਦੇ ਦਾਦੇ ਤਿਆਰ ਸ਼ਰੀ ਮੋਟਰ ਠੀਕ ਹੈ ਤੇ ਹੋਰ ਕੰਮ ਦਨੇ ਬਾਬਾ ਜੀ ਕੀ ਹਾਲ ਚਾਲ ਆ ਵਧੀਆ ਸਾਨੂੰ ਮੋਟਰ ਚ ਪਾਉਣ ਨੂੰ ਨਹੀਂ ਪੈਂਦਾ ਤੁਸੀਂ ਅੱਜ ਪਾਈ ਜਾਂਦੇ ਤੁਹਾਡਾ ਤਾਂ ਬੜਾ ਬੱਜੀ गर्मी बहुत बजी है गर्मी है लगे ये तो मी कणी का तो नहीं चक्कर कोई भाई असर कोई ये कि चिर ए रंग का है बने पांच छे साल हाँ थले सलाब जो चढ़ जाती है घोड़ा पूरा यदि आई पूछ भी पता देनी आप खुदा मजबूत लाई है ना मलसी वाले ने गई नहीं दो साल हो गए कई ना टांके टुट जाते हैं ठीक बाह कला बैर भी है ना जहाँ पिछली पूछ है एक बैर भी एक पूछ स्प्लेंडर की दिखनी हाँ जी दो होंगे तो पेंगे दूजा तो सही है निकलिया हाँ सैट किने का सैट दे पूछ स्पलेंडर की है नौ दस बड़ी इदा नहीं मैंने पता जो नौ दस मॉडल है जो पहले तो हाँ ठीक है किन्ने बड़े भाई अजय भी टायर की माड़ी जूस कैच 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 कर दी अर्जू नाटे होने थे शो पेज नहीं कसिया
ਤੈਨੂੰ ਦੱਸਿਆ ਸੀ ਨਾ ਪੇਚ ਕਸੇ ਆ ਨਹੀਂ ਵਿੱਚ ਸਾਰਿਆਂ ਵੀਡੀਓ ਦੇਖਾਂ ਬਾਕੀ ਮੋਟਰਸਾਈਕਲ ਤੂੰ ਦੂਜਾ ਰੱਖਿਆ ਤੈਨੂੰ ਦੱਸ ਸੀ ਝੋਟਾ ਹੈ ਅਤੇ ਆਹ ਮੋਟਰਸਾਈਕਲ 'ਤੇ ਜਾ ਕੇ ਪਤਾ ਨਹੀਂ ਕਿੰਨੇ ਕੰਮ ਬਣੇ ਜੇ ਇਹਨੂੰ ਬਣਾ ਲਵਾਂ ਪੂਰਾ ਕਰ ਲਵਾਂ ਤਾਂ ਇਹਦੀ ਕਿਸਮਤ ਇਹਨੇ ਟੁੱਟਣਾ ਹੀ ਟੁੱਟਣਾ ਉਦੋਂ ਨਾ ਕਿ ਸ਼ੋਅ ਕਿੰਨੀ ਵਾਰੀ ਆਪਾਂ ਪਵਾ ਕੇ ਲੈ ਹਫ਼ਤੇ ਮੇਰੇ ਖਿਆਲ ਦੋ ਦੋ ਤਿੰਨ ਤਿੰਨ ਸ਼ੋਅ ਬਦਲਦਾ ਹੁੰਦਾ ਸੀਗਾ ਜਦੋਂ ਸ਼ੋਅ ਪਾਉਣੀ ਉਦੋਂ ਟੁੱਟ ਜਾਣੀ ਇਸ ਕਰਕੇ ਪੁਰਾਣੀਆਂ ਚੀਜ਼ਾਂ ਹੀ ਰੱਖੀ ਜਦੋਂ ਚੀਜ਼ ਨਵੀਂ ਬਦਲਦੀ ਹੈ ਨਾਲ ਹੀ ਉਹਦਾ ਕੰਮ ਆਉਂਦਾ ਇਸ ਕਰਕੇ ਜਿੱਦਾਂ ਹੈਗਾ ਕੰਮ ਠੀਕ ਹੈ ਇਹ ਵੀ ਯਾਰ ਪੱਠਿਆਂ 'ਚ ਵੀ ਸਾਥ ਦੇਣ ਡਿਆ ਹਰੇ ਪਾਸੇ ਕੋਲ ਇੰਨੀ ਸਫਾਈ ਅਸੀਂ ਭੁੰਜੇ ਸੁੱਟ ਕੇ ਖਾ ਲਓ ਕਿੰਨਾ ਚਾਰ ਮੇਰੇ ਖਿਆਲ 6-7 ਮਹੀਨੇ ਇੱਦਾਂ ਹੀ ਸਾਰ ਲਿਆ ਇਹਨਾਂ ਟੇਪਾਂ ਟੂਪਾਂ ਲਾ ਕੇ ਆਹ ਦੁਕਾਨ ਦੇਖ ਲਓ ਕਿਹੜੀ ਇੱਥੇ ਬੁਲਟਾਂ ਦਾ ਕੰਮ ਤਾਂ ਬੜਾ ਹੀ ਵਧੀਆ ਕੀਤਾ ਜਾਂਦਾ ਸਾਹਮਣੇ ਡਾਕਖਾਨਾ ਹੈ ਗੁਰੂ ਘਰ ਆ ਆਹ ਮੇਨ ਅੱਡਾ ਇੱਧਰ ਅਤੇ ਆਹ ਸ਼ੌਪ ਆ ਇਹਨੇ ਬੁਲਟ ਖਰੀਦਣਾ ਵੇਚਣਾ ਰਿਪੇਅਰ ਕਰਵਾਉਣਾ ਰੰਗ ਕਰਵਾਉਣਾ ਪੁਰਾਣਾ ਮੋਟਰਸਾਈਕਲ ਤਿਆਰ ਕਰਵਾਉਣਾ ਸਾਰਾ ਕੰਮ ਇੱਥੇ ਆ ਆਹ ਵੀ ਪੁਰਾਣਾ ਮੋਟਰਸਾਈਕਲ ਹੀ ਆ ਅਤੇ ਬੋਡੀ ਉਹਦੀ ਰੰਗ ਹੋਣੀ ਦਿੱਤੀ ਆ ਅਤੇ ਆਹ ਫਿਰ ਇੰਜਣ ਫਿੱਟ ਕਰਨਾ ਉਹਦੇ ਵਾਰੀ ਆਪਣਾ ਨੰਬਰ ਬੋਲਦੇ ਜੇ ਤੇ ਸੰਪਰਕ ਕਰਨ ਵਾਲੇ ਨੰਬਰ ਹੈਗਾ ਇੱਥੇ 98-1-58-47-099 ਇੱਕ ਵਾਰੀ ਫਿਰ 98-1-58-47-099 ਸੰਘਾ ਮੋਟਰ ਪੁਰਾਣੇ ਮੋਟਰਸਾਈਕਲ ਖਰੀਦਣੇ ਵੇਚਣੇ ਜਾਂ ਪੁਰਾਣਾ ਮੋਟਰਸਾਈਕਲ ਤਿਆਰ ਕਰਵਾਉਣਾ ਸਾਰਾ ਕੰਮ ਇੱਥੇ ਹੁੰਦਾ ਬਾਕੀ ਸਰਵਿਸ ਰਿਪੇਅਰ ਖਾਸ ਕਰਕੇ ਬੁਲਟ ਦਿਨ ਤਾਂ ਜ਼ਿਆਦਾ ਜ਼ਿਆਦਾ ਕੰਮ ਆਉਂਦੇ ਵੀ ਬੁਲਟ 'ਤੇ ਹੀ ਆ ਨਾ ਇੱਥੇ ਇਹ ਤਾਂ ਆਪਣੇ ਆਪਣੇ ਬੰਦਿਆਂ ਦਾ ਛੋਟੇ ਮੋਟੇ ਇਹ ਤਾਂ ਘਰ ਦੇ ਬੁਲਟਾਂ ਦਾ ਇਕੱਲਿਆਂ ਦਾ ਹੈ ਨਾ ਅਤੇ ਆਹ ਕਾਰਡ ਕੱਢੀ ਸੀ ਦੁਸਹਿਰੇ ਦੀ ਪੇਂਟ ਲਾਏ ਹੋਏ ਆ ਬੁਲਟ ਦੀ ਬੋਡੀ ਬਹੁਤ ਜ਼ਿਆਦਾ ਜੱਤੀਆਂ ਇਹਨਾਂ ਨੇ ਇੱਥੇ ਆ ਖੜੇ ਨੇ ਕਿਆ ਬਾਤ ਆ ਪ੍ਰਾਈਜ਼ ਅੰਕਲ ਦੇ ਸਾਰੇ ਦੌੜਾਂ ਵਾਲੇ ਹੀ ਆ ਸਾਡੇ ਦੁਸਹਿਰੇ ਦੀਆਂ ਫੋਟੋਆਂ ਨੇ ਪਿੰਡ ਦੀਆਂ ਆਹ ਬੜੀ ਪੁਰਾਣੀ ਬਹੁਤ ਪੁਰਾਣੀ ਫੋਟੋ ਕਿਆ ਬਾਤ ਇਹਦੇ ਵਿੱਚ ਹੈਗੀ 2013 ਦੀ ਇਹਦੇ ਵਿੱਚ ਮੈਂ ਵੀ ਹੈਗਾ ਇੱਥੇ ਬੈਠਾ ਆਹ ਬਾਈ ਨੇ ਜੋ ਦੁਕਾਨ ਖੋਲ੍ਹੀ ਆਹ ਸਟਾਲ ਆ ਭਾਜੀ ਦਾ ਜਿੱਥੋਂ ਕੰਮ ਸਿੱਖਿਆ ਅਤੇ ਇੱਥੇ ਮੈਂ ਵੀ ਬੈਠਾ ਹਾਂ ਇੱਥੇ ਮੈਂ ਬੈਠਾ ਹਾਂ ਇਹ ਪੁਰਾਣੀਆਂ ਯਾਦਾਂ ਸਾਂਭੀਆਂ ਇੱਥੇ ਪੁਰਾਣੇ ਝੋਟਿਆਂ ਦੀਆਂ ਫੋਟੋਆਂ ਵੀ ਇੱਥੇ ਲੱਗੀਆਂ ਹਜੇ ਪਿੱਥੋਂ ਵਾਲੇ ਸ਼ੀਰੇ ਦੀ ਸਮਾਨ ਰੱਖਿਆ ਅੱਜ ਹਾਂ ਦੁੱਗਾਂ ਵਾਲਾ ਅਤੇ ਨਾਲ ਜਲਾਲਪੁਰ ਇੱਥੇ ਜਦੋਂ ਲਾਈਵ ਪਹਿਲਾਂ ਸ਼ੁਰੂ ਹੋ ਸੀਗੇ ਇੱਥੇ ਬਹਿ ਕੇ ਦੇਖਦੇ ਹੁੰਦੇ ਸਾਰੀ ਮਟੀਰੀਅਲ ਕਿ ਸਕਰੈਚ ਨਾ ਪੈ ਜਾਣੇ ਤਾਂ ਠੀਕ ਆ ਸਕਰੈਚ ਨਹੀਂ ਪੈਣਾ ਚਾਹੀਦਾ ਕੋਈ ਵੀ ਇੱਥੇ ਲਵਾ ਦਈਏ ਜਿਹੜਾ ਟੁੱਟ ਜਾਂਦਾ ਉਹ ਕਰਾ ਦਈਏ ਡਾਕਖਾਨੇ ਕਿਸੇ ਚਿੱਠੀ ਭੇਜਣੀ ਹੋਵੇ ਕਿਸੇ ਦੀ ਆਉਣੀ ਹੋਵੇ ਉੱਧਰ ਬਾਈ ਕਿਸੇ ਨੂੰ ਲੱਗਦਾ ਨਹੀਂ ਹੈ ਨਹੀਂ ਬੈਠਾ ਕਿਸੇ ਨੂੰ ਵਿਆਹ ਕਰਾਉਣਾ ਹੋਵੇ ਕਿਸੇ ਦੀ ਛੱਟੀ ਹੋਵੇ ਕਿਸੇ ਮਰਗ ਦਾ ਕਾਰਡ ਛੁਪਣਾ ਹੋਵੇ ਸਭ ਕੁਝ ਹੁੰਦਾ ਇੱਥੇ ਨਵੀਂ ਆਰਟ ਪੇਂਟਿੰਗ ਵਿਆਹ ਵਾਲੇ ਕਾਰਡ ਤਾਂ ਬਣਦੇ ਇੱਥੇ ਨਾਲ ਜੇ ਕੋਈ ਇਸ਼ਤਿਹਾਰ ਬਣਾਉਣਾ ਹੋਵੇ ਕੋਈ ਵੀ ਪੋਸਟ ਸਭ ਕੁਝ ਇੱਥੇ ਤਿਆਰ ਹੁੰਦਾ
ਕਾਸਦੇ ਮਤਰਾ ਟੱਪ ਲੈ ਬਈ ਹੋ ਗਿਆ ਰੈਡੀ ਕੰਮ ਪੂਛ ਤੀ ਉਹ ਖਿੱਚ ਖਿੱਚ ਕਰਦੇ ਵਹਿਰ ਬਣਾਉਣਾ ਜੀ ਮੁੰਡੇ ਨੂੰ ਮਾਰਦੇ ਕਰਦਾ ਕੱਪੜਾ ਲਿਬੜੇ ਦੇ ਦਿੰਦੇ ਲਓ ਬਈ ਆਪਣਾ ਯਾਮਾ ਰੈਡੀ ਆ ਚਾਹ ਉੱਧਰ ਹੁਣ ਹਰੀ ਹੁਣੀ ਵੀ ਆ ਗਿਆ ਹਲੀ ਕਿੱਦਾਂ ਹੱਥ ਖੜਾ ਕਰਕੇ ਹਾਜ਼ਰੀ ਲਵਾ ਆਪਣੀ ਪਾਪੀ ਪੇਟ ਲਈ ਕੀ ਕੁਛ ਕਰਨਾ ਪੈਂਦਾ ਦੇਖ ਲੈ ਕਾਹਦੇ ਲੱਗ ਗਏ ਜੀ।